ओम नमो शिवाय श्री शिव पुराण चौथा खंड अध्याय 9। ब्रह्मा जी बोले, वीरभद्र अपने गणा नूं नाल लै के युद्ध करन लगे। दोनों पासियां तो बहुत जोर दा हमला होया अते नाना प्रकार शस्त्र वरते गए। वीरभद्र ने गुस्से विच त्रिशूल हाथ विच लिया अते उस नूं तारक दे शरीर विच मार के धरती उपर सुट दिता। तारक उस हमला नाल अचेत हो गया। कुछ समय बाद जदों ओह चेत होया तद उसने वीरभद्र उपर सांग नाल हमला किया। वीरभद्र ने तारक उपर त्रिशूल नाल वार किया। जदों दोनों विचों कोई भी जीत ना सकिया तां हे नारद, तुसी वीरभद्र नू जा के कहा, हे वीरभद्र, तुसी साडी गल मन के लड़ाई बंद कर दिओ। तारक दी मौत साडे हत्थां विच नहीं है। ਜਦੋਂ ਸ਼ਿਵ ਜੀ ਆਪ ਇਸ ਨਾਲ ਯੁੱਧ ਕਰਨਗੇ ਤਦ ਇਸ ਦੀ ਮੌਤ ਹੋਵੇਗੀ। ਵੀਰਭੱਦਰ ਨੇ ਇਹ ਸੁਣ ਕੇ ਤੁਹਾਨੂੰ ਗੁੱਸੇ ਨਾਲ ਕਿਹਾ, ਹੇ ਨਾਰਦ, ਤੁਸੀਂ ਯੁੱਧ ਤੇ ਵੀਰਤਾ ਦੀ ਗੱਲ ਕੀ ਜਾਣਦੇ ਹੋ? ਤੁਸੀਂ ਸਿਰਫ ਤਪ ਕਰਨਾ ਹੀ ਜਾਣਦੇ ਹੋ। ਮੈਂ ਤੁਹਾਨੂੰ ਵੀਰਾਂ ਦੇ ਸਾਰੇ ਬਾਰੇ ਦੱਸਦਾ ਹਾਂ ਕਿ ਉਹਨਾਂ ਦੇ ਚਾਰ ਧਰਮ ਹੁੰਦੇ ਹਨ, ਜੋ ਸਵਾਮੀ ਦੇ ਬਿਨਾਂ ਯੁੱਧ ਕਰਦੇ ਹਨ ਅਤੇ ਆਪਣੇ ਪ੍ਰਾਣਾਂ ਦਾ ਮੋਹ ਨਾ ਕਰਕੇ ਭਲੀ ਭਾਂਤੀ ਲੜਦੇ ਹਨ। ਉਹ ਪਹਿਲੇ ਤਰ੍ਹਾਂ ਦੇ ਵੀਰ ਹਨ, ਜੋ ਸਵਾਮੀ ਨਾਲ ਰਣ ਭੂਮੀ ਵਿੱਚ ਸੰਸਾਰ ਦੀ ਸ਼ਰਮ ਨਾਲ ਮਰ ਜਾਂਦੇ ਹਨ। ਉਹ ਦੂਸਰੇ ਤਰ੍ਹਾਂ ਦੇ ਹੁੰਦੇ ਹਨ, ਉਹਨਾਂ ਨੂੰ ਸ਼ੂਰ ਕਹਿੰਦੇ ਹਨ। ਤੀਸਰੇ, ਜੋ ਆਪਣੇ ਸਵਾਮੀ ਦੇ ਨਾਲ ਯੁੱਧ ਸਥਲ ਤਿਆਗ ਕੇ ਭੱਜ ਜਾਂਦੇ ਹਨ, ਉਹਨਾਂ ਨੂੰ ਕੂਰ ਕਹਿੰਦੇ ਹਨ। ਚੌਥੇ, ਉਹ ਜੋ ਨਿਕੰਮੇ ਹੋ ਕੇ ਘਰ ਵਿੱਚ ਬੈਠੇ ਰਹਿੰਦੇ ਹਨ, ਉਹਨਾਂ ਦਾ ਸਵਾਮੀ ਯੁੱਧ ਦੇ ਖੇਤਰ ਵਿੱਚ ਮਾਰਿਆ ਜਾਂਦਾ ਹੈ, ਉਹ ਕਾਇਰ ਹਨ, ਉਹਨਾਂ ਨੂੰ ਕਦੀ ਵੀ ਸੁੱਖ ਨਹੀਂ ਮਿਲਦਾ। ਮੈਂ ਸੱਚ ਕਹਿੰਦਾ ਹਾਂ, ਜੇ ਸ਼ਿਵ ਜੀ ਇਸ ਵਕਤ ਮੇਰੇ ਕੋਲ ਆ ਕੇ ਮੈਨੂੰ ਤਾਰਕ ਨੂੰ ਮਾਰਨ ਤੋਂ ਰੋਕਣ, ਫਿਰ ਤਾਂ ਮੈਂ ਅਸਮਰਥ ਹਾਂ, ਨਹੀਂ ਤਾਂ ਮੈਂ ਅੱਜ ਤਾਰਕ ਨੂੰ ਪ੍ਰਿਥਵੀ 'ਤੇ ਨਸ਼ਟ ਕਰ ਦੇਵਾਂਗਾ। ਇਹ ਕਹਿ ਕੇ ਵੀਰਭੱਦਰ ਨੇ ਤਾਰਕ ਦੇ ਉੱਪਰ ਆਪਣਾ ਤ੍ਰਿਸ਼ੂਲ ਨਾਲ ਵਾਰ ਕੀਤਾ। ਦੋਨੋਂ ਫਿਰ ਬਰਾਬਰ ਯੁੱਧ ਕਰਨ ਲੱਗੇ। ਦੋਨਾਂ ਦੀਆਂ ਸੈਨਾਵਾਂ ਵੀ ਆਪਸ ਵਿੱਚ ਭਿੜ ਗਈਆਂ। ਇਸ ਤਰ੍ਹਾਂ ਦੈਤਾਂ ਨੂੰ ਦੇਵਤਾਵਾਂ ਨੇ ਬੜੀ ਵੀਰਤਾ ਨਾਲ ਜਿਤਾਇਆ ਅਤੇ ਦੈਂਤ ਆਪਣੀ ਬਹੁਤ ਸਾਰੀ ਸੈਨਾ ਮਰੀ ਦੇਖ ਕੇ ਯੁੱਧ ਸਥਲ ਤੋਂ ਚਲੇ ਗਏ। ਹੇ ਨਾਰਦ, ਯੁੱਧ ਭੂਮੀ ਦੀ ਇਹ ਦਸ਼ਾ ਦੇਖ ਕੇ ਤਾਰਕ ਬਹੁਤ ਗੁੱਸੇ ਵਿੱਚ ਆਇਆ। ਉਹ 1 ਕਰੋੜ ਹੱਥ ਕੱਢ ਕੇ ਹਾਥੀ ਦੇ ਸਵਾਰ ਹੋ ਕੇ ਦੇਵਤਾਵਾਂ ਨੂੰ ਫੜਨ ਵਾਸਤੇ ਉਹਨਾਂ ਦੀ ਸੈਨਾ ਦੇ ਵਿੱਚ ਵੜ ਗਿਆ ਅਤੇ ਉਹਨਾਂ ਦੇ ਅਣਗਿਣਤ ਦੇਵਤਿਆਂ ਨੂੰ ਮਾਰ ਦਿੱਤਾ। ਉਸਨੇ ਆਪਣੇ ਹਾਥੀ ਨੂੰ ਛੱਡ ਦਿੱਤਾ, ਜਿਸ ਨੂੰ ਦੇਖ ਕੇ ਸਾਡੇ ਹਾਥੀ ਡਰ ਕੇ ਇੱਧਰ ਉੱਧਰ ਭੱਜਣ ਲੱਗੇ। ਇਸ ਤਰ੍ਹਾਂ ਤਾਰਕ ਨੇ ਦੇਵਤਿਆਂ ਉੱਪਰ ਜਿੱਤ ਪ੍ਰਾਪਤ ਕੀਤੀ। ਉਸ ਵਕਤ ਤਾਰਕ ਦਾ ਤੇਜ ਹੋਈ ਕੋਈ ਨਾ ਸਹਾਰ ਸਕਿਆ। ਸਾਰੇ ਲੋਕ ਬੜੇ ਦੁਖੀ ਹੋਏ। ਉਸਦੇ ਹਾਥੀ ਨੇ ਸਾਰੇ ਹਾਥੀਆਂ ਨੂੰ ਮਾਰ ਦਿੱਤਾ। ਇਹ ਦਸ਼ਾ ਦੇਖ ਕੇ ਵਿਸ਼ਨੂੰ ਜੀ ਕੋਲੋਂ ਨਹੀਂ ਰਿਹਾ ਗਿਆ। ਉਹਨਾਂ ਨੇ ਉਸ ਵੇਲੇ ਹੀ ਚੱਕਰ ਚੁੱਕ ਕੇ ਤਾਰਕ ਦੇ ਨਾਲ ਯੁੱਧ ਕਰਕੇ ਦੇਵਤਿਆਂ ਨੂੰ ਆਨੰਦਿਤ ਕੀਤਾ। ਵਿਸ਼ਨੂੰ ਜੀ ਅਤੇ ਤਾਰਕ ਵਿੱਚ ਘੋਰ ਯੁੱਧ ਹੋਇਆ, ਜਿਸ ਨਾਲ ਦੋਨਾਂ ਪਾਸਿਆਂ ਦੇ ਬਹੁਤ ਲੋਕ ਮਾਰੇ ਗਏ। ਤਾਰਕ ਨੇ ਆਪਣੇ ਤੇਜ਼ ਬਾਣਾਂ ਦੀ ਵਰਖਾ ਨਾਲ ਦੇਵਤਾਵਾਂ ਨੂੰ ਫਿਰ ਡਰਾ ਦਿੱਤਾ। ਤਦ ਵਿਸ਼ਨੂੰ ਕ੍ਰੋਧ ਵਿੱਚ ਤਾਰਕ ਦੇ ਆਪਣੇ ਚੱਕਰ ਚਲਾਇਆ। ਉਸ ਵਕਤ ਪ੍ਰਿਥਵੀ ਕੰਬ ਗਈ। ਨੇਕਿਨ ਚੱਕਰ ਨੂੰ ਤਾਰਕ ਦੇ ਸਰੀਰ ਵਿੱਚ ਜੰਮਣ ਲਈ ਕੋਈ ਜਗ੍ਹਾ ਨਹੀਂ ਮਿਲੀ। ਤਾਰਕ ਨੇ ਆਪਣੇ ਗੁਰੂ ਨੂੰ ਯਾਦ ਕਰਕੇ ਉਹਨਾਂ ਨੂੰ ਪ੍ਰਣਾਮ ਕੀਤਾ
ਅਤੇ ਹਰੇਕ ਤਰ੍ਹਾਂ ਦੀ ਮਾਇਆ ਦਿਖਾਈ। ਅਨੇਕ ਰਾਕਸ਼ ਹਾਥੀਆਂ ਦੀ ਤਰ੍ਹਾਂ ਚੰਗਾੜੀਆਂ ਹੋਏ ਉਤਪੰਨ ਹੋਏ। ਤਾਰਕ ਨੇ ਇਹ ਮਾਇਆ ਕੋਈ ਨਾ ਜਾਣ ਸਕਿਆ। ਅੰਤ ਉਹ ਯੁੱਧ ਸਥਲ ਤੋਂ ਦੌੜ ਕੇ ਸਕੰਦ ਦੇ ਕੋਲ ਚਲੇ ਗਏ ਅਤੇ ਨਮਰਤਾ ਨਾਲ ਡਰ ਕੇ ਇਸ ਤਰ੍ਹਾਂ ਬੋਲੇ, ਹੇ ਸਵਾਮੀ, ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ। ਤੁਸੀਂ ਜਲਦੀ ਹੀ ਤਾਰਕ ਦਾ ਵੱਧ ਕਰੋ, ਕਿਉਂਕਿ ਤੁਹਾਡਾ ਅਵਤਾਰ ਇਸ ਦੇ ਲਈ ਹੀ ਹੋਇਆ ਹੈ। ਤੁਹਾਡੇ ਬਿਨਾਂ ਹੋਰ ਕੋਈ ਤਾਰਕ ਨੂੰ ਨਹੀਂ ਮਾਰ ਸਕਦਾ। ਹੇ ਨਾਰਦ, ਦੇਵਤਾਵਾਂ ਨੂੰ ਇਸ ਤਰ੍ਹਾਂ ਦੀਆਂ ਭੈ ਭੀਤ ਦੇਖ ਕੇ ਸਕੰਦ ਨੇ ਹੱਸ ਕੇ ਕਿਹਾ, ਹੇ ਦੇਵਤਿਓ, ਮੈਨੂੰ ਆਪਣਾ ਪਰਾਇਆ ਕੁਝ ਵੀ ਨਹੀਂ ਪਤਾ। ਮੈਂ ਤਾਂ ਅਜੇ ਲੜਕਾ ਹਾਂ। ਅਜੇ ਤੱਕ ਮੈਂ ਇਸ ਗੱਲ ਦੀ ਪ੍ਰੀਖਿਆ ਲੈਂਦਾ ਰਿਹਾ ਕਿ ਮੈਂ ਇਸ ਨਾਲ ਯੁੱਧ ਕਰਾਂ, ਜਦਕਿ ਮੈਂ ਧਨੁਸ਼ ਵਿੱਦਿਆ ਬਿਲਕੁਲ ਵੀ ਨਹੀਂ ਜਾਣਦਾ। ਹੇ ਨਾਰਦ, ਤੁਸੀਂ ਸਕੰਦ ਦੇ ਇਸ ਤਰ੍ਹਾਂ ਦੇ ਬਚਨ ਸੁਣ ਕੇ ਕਿਹਾ, ਹੇ ਮਹਾਰਾਜ, ਤੁਸੀਂ ਤਾਂ ਸ਼ਿਵ ਤੋਂ ਉਤਪੰਨ ਹੋਏ ਹੋ। ਸ੍ਰਿਸ਼ਟੀ ਦੇ ਰੱਖਿਅਕ ਦੇਵਤਾਵਾਂ ਨੂੰ ਆਪ ਤੋਂ ਹੀ ਸੁੱਖ ਦੀ ਪ੍ਰਾਪਤੀ ਹੋਵੇਗੀ। ਆਪ ਬਾਲਕ, ਜਵਾਨ ਅਤੇ ਬਜ਼ੁਰਗ ਨਹੀਂ ਹੋ। ਤਾਰਕ ਨੇ ਦੇਵਤਾਵਾਂ ਨੂੰ ਜਿੱਤ ਕੇ ਉਹਨਾਂ ਨੂੰ ਵੱਡੇ ਵੱਡੇ ਦੁੱਖ ਪਹੁੰਚਾਏ ਹਨ, ਇਸ ਲਈ ਤੁਹਾਨੂੰ ਤਾਰਕ ਦਾ ਵੱਧ ਜਲਦੀ ਕਰ ਦੇਣਾ ਚਾਹੀਦਾ ਹੈ। ਸਕੰਦ ਪਹਿਲਾਂ ਤਾਂ ਹੱਸੇ, ਲੇਕਿਨ ਬਾਅਦ ਵਿੱਚ ਕ੍ਰੋਧ ਵਿੱਚ ਆ ਗਏ। ਤਦ ਉਹ ਵਿਮਾਨ ਛੱਡ ਕੇ ਆਪਣੀ ਸ਼ਕਤੀ ਸਹਿਤ ਤਾਰਕ ਵੱਲ ਪੈਦਲ ਹੀ ਦੌੜ ਗਏ। ਇਹ ਦੇਖ ਕੇ ਤਾਰਕ ਨੇ ਹੱਸ ਕੇ ਇਸ ਤਰ੍ਹਾਂ ਕਿਹਾ ਕਿ ਦੇਵਤਾਵਾਂ ਨੇ ਇਸ ਬਾਲਕ ਦੀ ਆਸ 'ਤੇ ਹੀ ਆਪਣੇ ਬਲ ਨੂੰ ਨਸ਼ਟ ਕਰ ਦਿੱਤਾ ਹੈ। ਅਸਲ ਵਿੱਚ ਇਹ ਸਭ ਬੁੱਧੀਹੀਨ ਹਨ। ਮੈਨੂੰ ਵਿਸ਼ਵਾਸ ਹੈ ਕਿ ਮੈਂ ਸਾਰੇ ਦੇਵਤਾਵਾਂ ਨੂੰ ਮਾਰ ਕੇ ਨਸ਼ਟ ਕਰ ਦੇਵਾਂਗਾ। ਇਸ ਤਰ੍ਹਾਂ ਕਹਿ ਕੇ ਤਾਰਕ ਹੱਥ ਵਿੱਚ ਸ਼ਕਤੀ ਲੈ ਕੇ ਸਕੰਦ ਨਾਲ ਯੁੱਧ ਕਰਨ ਚਲਾ ਗਿਆ। ਉਸਨੇ ਦੇਵਤਿਆਂ ਨੂੰ ਕਿਹਾ, ਹੇ ਦੇਵਤਿਓ, ਤੁਸੀਂ ਇਸ ਬਾਲਕ ਨੂੰ ਯੁੱਧ ਸਥਲ ਵਿੱਚ ਆਗੂ ਬਣਾਇਆ ਹੈ। ਹੁਣ ਮੈਂ ਤੁਹਾਨੂੰ ਇਸ ਦਾ ਫਲ ਦੇਵਾਂਗਾ। ਤੁਸੀਂ ਸਾਰੇ ਜਿਸ ਦੀ ਆਸ 'ਤੇ ਨਿਰਭਰ ਕਰਦੇ ਹੋ, ਉਹ ਮੇਰੇ ਡਰ ਨਾਲ ਇੱਥੋਂ ਚਲਾ ਜਾਵੇਗਾ। ਛੋਟਾ ਭਾਈ ਵਿਸ਼ਨੂੰ ਤਾਂ ਇਸ ਛਲ ਵਿੱਚ ਪਿੱਛੇ ਅਤੇ ਮਾਇਆ ਦਿਖਾਉਣ ਵਿੱਚ ਵਿਖਿਆਤ ਹੈ। ਉਸਨੇ ਬਲੀ ਦੇ ਨਾਲ ਵਾਮਨ ਰੂਪ ਵਿੱਚ ਬੜਾ ਛਲ ਕੀਤਾ ਹੈ ਅਤੇ ਕੱਦੂ ਕੈਟਪ ਦਾ ਸਿਰ ਛੱਡ ਕਰਕੇ ਕੱਟ ਦਿੱਤਾ ਹੈ। ਫਿਰ ਅੰਮ੍ਰਿਤ ਵੰਡਣ ਦੇ ਸਮੇਂ ਵੀ ਮੋਹਿਨੀ ਰੂਪ ਵਿੱਚ ਇਸਨੇ ਛਲ ਕੀਤਾ। ਇਸਨੇ ਵੇਦ ਦੇ ਵਿਰੁੱਧ ਇਸਤਰੀਆਂ ਨੂੰ ਮਾਰ ਦਿੱਤਾ ਅਤੇ ਬਲੀ ਦੇ ਵੱਧ ਵਿੱਚ ਵੀ ਰਾਮਚੰਦਰ ਰੂਪ ਵਿੱਚ ਇਸਨੇ ਧਰਮ ਦਾ ਕੁਝ ਵਿਚਾਰ ਨਹੀਂ ਕੀਤਾ। ਰਾਵਣ ਨੂੰ ਜੋ ਬ੍ਰਾਹਮਣ ਜਾਤੀ ਦਾ ਸੀ, ਇਸ ਨੂੰ ਮਾਰਨ ਵਿੱਚ ਵੀ ਵੇਦ ਵਿੱਚ ਮਨਾ ਸੀ, ਇਸ ਨੇ ਹੀ ਮਾਰ ਦਿੱਤਾ ਅਤੇ ਆਪਣੀ ਇਸਤਰੀ ਸੀਤਾ ਨੂੰ ਨਿਸ਼ਪਾਪ ਤਿਆਗ ਦਿੱਤਾ। ਇਸ ਨੇ ਕ੍ਰਿਸ਼ਨ ਰੂਪ ਵਿੱਚ ਹੋਰ ਇਸਤਰੀਆਂ ਨਾਲ ਭੋਗ ਕਰਕੇ ਵੇਦ ਦੀ ਰੀਤ ਨੂੰ ਤਿਆਗ ਦਿੱਤਾ ਅਤੇ ਅਨੁਚਿਤ ਰੀਤੀ ਨਾਲ ਵਿਆਹ ਕਰਕੇ ਕਲਯੁੱਗ ਦੀ ਚਾਲ ਚੱਲ ਕੇ ਬੜਾ ਅਧਰਮ ਕੀਤਾ। ਇਸ ਤਰ੍ਹਾਂ ਬੁੱਧੀ ਰੂਪ ਵਿੱਚ ਸਾਰੇ ਵੇਦਾਂ ਦੀ ਨਿੰਦਾ ਕਰਕੇ ਇਸ ਵਿਸ਼ਨੂੰ ਨੂੰ ਕੁਝ ਵੀ ਵਿਚਾਰ ਨਹੀਂ ਕੀਤਾ। ਮੈਨੂੰ ਹੈਰਾਨੀ ਹੈ ਕਿ ਇਸ ਤਰ੍ਹਾਂ ਦੇ ਮਨੁੱਖ ਦੇ ਬਲ ਉੱਪਰ ਤੁਸੀਂ ਦੇਵਤਿਆਂ ਨੇ ਯੁੱਧ ਕਰਨ ਦਾ ਯਤਨ ਕੀਤਾ। ਹੇ ਨਾਰਦ, ਇਸ ਦੇ ਬਾਅਦ ਤਾਰਕ ਇੰਦਰ ਦੀ ਨਿੰਦਾ ਕਰਦੇ ਹੋਏ ਬੋਲੇ, ਹੇ ਦੇਵਤਿਓ, ਇੰਦਰ ਤਾਂ ਬਹੁਤ ਬੁਰਾ ਅਤੇ ਅਨਾਚਾਰੀ ਹੈ। ਇਸਨੇ ਆਪਣੇ ਪਿਤਾ ਦੇ ਲੜਕੇ ਨੂੰ ਦਿੱਤੀ ਦੇ ਗਰਭ ਤੋਂ ਗਿਰਾ ਦਿੱਤਾ ਅਤੇ ਸਿਰਫ ਸੰਸਾਰਿਕ ਆਨੰਦ ਦੇ ਲਈ ਇਸ ਦੇ ਕੰਮ ਕਰਕੇ ਵਕਤ ਕਰਮ ਦਾ ਗਿਆਨ ਵਿਚਾਰ ਨਾ ਕੀਤਾ। ਉਸਨੇ ਗੌਤਮ ਦੀ ਇਸਤਰੀ ਨਾਲ ਭੋਗ ਕੀਤਾ ਅਤੇ ਵਰਤ ਨਾਮਕ ਬ੍ਰਾਹਮਣ ਦਾ ਅੰਤ ਕਰ ਦਿੱਤਾ।
ਸੰਸਾਰਿਕ ਆਨੰਦ ਵਾਸਤੇ ਇਸਨੇ ਕਿਹੜੇ ਕਿਹੜੇ ਅਧਰਮ ਨਹੀਂ ਕੀਤੇ। ਇਸ ਵਕਤ ਵੀ ਇਸਨੇ ਛੋਟੇ ਜਿਹੇ ਲੜਕੇ ਨੂੰ ਯੁੱਧ ਵਿੱਚ ਭੂਮੀ ਵਿੱਚ ਆਗੂ ਬਣਾਇਆ। ਜੇ ਹੁਣ ਮੇਰੇ ਹੱਥਾਂ ਵਿੱਚ ਮਾਰਿਆ ਜਾਵੇਗਾ, ਇਹ ਪਾਪ ਵੀ ਇਸ ਉੱਪਰ ਪਵੇਗਾ, ਨਹੀਂ ਤਾਂ ਇਹ ਲੜਕਾ ਦੌੜ ਜਾਵੇਗਾ। ਇਸ ਤਰ੍ਹਾਂ ਦੇਵਤਿਆਂ ਕੋਲ ਉਸਦੀ ਨਿੰਦਾ ਕਰਦੇ ਹੋਏ ਤਾਰਕ ਨੇ ਫਿਰ ਸਕੰਦ ਨੂੰ ਕਿਹਾ, ਹੇ ਬਾਲਕ, ਤੂੰ ਵਿਅਰਥ ਹੰਕਾਰ ਨਾ ਕਰ, ਇੱਥੇ ਤੇਰੀ ਨਹੀਂ ਚੱਲਣੀ। ਜੇ ਮਨੁੱਖ ਬ੍ਰਾਹਮਣ ਦਾ ਅਪਮਾਨ ਕਰਦਾ ਹੈ, ਉਸਦੇ ਕੋਲ ਧਨ, ਪ੍ਰਾਣ, ਧਰਮ, ਬਲ ਆਦਿ ਕੁਝ ਬਾਕੀ ਨਹੀਂ ਰਹਿੰਦਾ। ਇਹ ਕਹਿ ਕੇ ਉਸਨੇ ਆਪਣੀ ਸਾਂਗ ਉਠਾਈ। ਹੇ ਨਾਰਦ, ਇਸ ਤਰ੍ਹਾਂ ਕਹਿੰਦੇ ਹੋਏ ਤਾਰਕ ਦੀ ਸ਼ਕਤੀ ਖਤਮ ਹੋ ਗਈ, ਕਿਉਂਕਿ ਵੱਡਿਆਂ ਦੀ ਨਿੰਦਾ ਅਤੇ ਉਹਨਾਂ ਦੇ ਕਰਮ ਕਹਿਣ ਨਾਲ ਜਲਦੀ ਹੀ ਸ਼ਕਤੀ ਖਿੱਚੀ ਜਾਂਦੀ ਹੈ। ਹੇ ਨਾਰਦ, ਹੁੰਦਾ ਉਹੀ ਹੈ ਜੋ ਸਦਾ ਸ਼ਿਵ ਜੀ ਦੀ ਇੱਛਾ ਹੁੰਦੀ ਹੈ। ਸੰਸਾਰ ਵਿੱਚ ਇਸ ਤਰ੍ਹਾਂ ਦਾ ਕੌਣ ਹੈ ਜਿਸ ਦੀ ਬੁੱਧੀ ਸ਼ਿਵ ਜੀ ਦੀ ਮਾਇਆ ਦੇ ਸਾਹਮਣੇ ਠੀਕ ਰਹਿ ਸਕਦੀ ਹੈ। ਨਿਦਾਨ ਤਾਰਕ ਨੇ ਆਪਣੇ ਚੁਣੇ ਹੋਏ ਖਾਸ ਵੀਰਾਂ ਨੂੰ ਸੈਨਾਪਤੀ ਬਣਾ ਕੇ ਬਾਕੀ ਸੈਨਾ ਨੂੰ ਪਿੱਛੇ ਰੱਖਿਆ ਅਤੇ ਆਪ ਸਕੰਦ ਅਤੇ ਇੰਦਰ ਦੇ ਸਾਹਮਣੇ ਆ ਗਏ। ਇਤੀ 9ਵਾਂ ਅਧਿਆਇ ਸਮਾਪਤ।